ਵੱਡੀ ਖਬਰ ਇਸ ਵੇਲੇ ਦੀ ਬਾਲੀਵੁੱਡ ਦੇ ਨਾਲ ਜੁੜੀ ਹੋਈ ਹੈ ਟੀਵੀ ਇੰਡਸਟਰੀ ਨੂੰ ਬਾਲੀਵੁੱਡ ਨੂੰ ਵੱਡਾ ਸਦਮਾ ਲੱਗਿਆ ਹੈ ਵੱਡਾ ਝਟਕਾ ਲੱਗਿਆ ਹੈ ਦੱਸਦੇ ਕਿ ਬਿਗ ਬੌਸ 14 ਦੀ ਟਰਾਫੀ ਆਪਣੇ ਨਾਮ ਕਰਨ ਵਾਲੇ ਖਤਰੋਂ ਕੇ ਖਿਲਾੜੀ ਦਾ ਤਾਜ ਜਿੱਤਣ ਵਾਲੇ ਸਿਧਾਰਥ ਸ਼ੁਕਲਾ ਹੁਣ ਸਾਡੇ ਸਭ ਦੇ ਵਿੱਚ ਨਹੀਂ ਰਹੇ ਜੀ ਹਾਂ ਸੁਣਨਾ ਬਿਲਕੁਲ ਇਸ ਤੇ ਤੁਸੀਂ ਯਕੀਨ ਨਹੀਂ ਕਰੋਗੇ ਤੁਹਾਨੂੰ ਵੀ ਸੁਣ ਕੇ ਇਸ ਖਬਰ ਤੇ ਯਕੀਨ ਨਹੀਂ ਹੋਵੇਗਾ ਪਰ ਇਹ ਗੱਲ ਬਿਲਕੁਲ ਸੱਚ ਹੈ बिग बॉस 14 ਦੇ ਵਿਨਰ ਸਿਧਾਰਥ ਸ਼ੁਕਲਾ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਨੇ ਉਹ ਇਸ ਦੁਨੀਆ ਨੂੰ ਅਲਵਿਦਾ ਆਖ ਚੁੱਕੇ ਨੇ ਦੱਸਦੇ ਕਿ ਬੀਤੀ ਦੇਰ ਰਾਤ ਉਹਨਾਂ ਨੇ ਕੁਝ ਦਵਾਈਆਂ ਖਾਈਆਂ ਸੀ ਕੁਝ ਮੈਡੀਸਿਨਸ ਖਾਈਆਂ ਸੀ ਉਸ ਤੋਂ ਬਾਅਦ ਉਹ ਸੋ ਗਏ ਸੀ ਪਰ ਸਵੇਰ ਜਦੋਂ ਹੋਈ ਤਾਂ ਸਿਧਾਰਥ ਸ਼ੁਕਲਾ ਦੀ ਅੱਖ ਨਹੀਂ ਖੁੱਲੀ ਤਾਂ ਉਸ ਵੇਲੇ ਪਰਿਵਾਰਕ ਮੈਂਬਰ ਪਰੇਸ਼ਾਨ ਹੋ ਗਏ ਤੇ ਸਿਧਾਰਥ ਸ਼ੁਕਲਾ ਨੂੰ ਅਜੀ ਹਾਲਤ ਦੇ ਵਿੱਚ ਉਹ ਮੁੰਬਈ ਦੇ ਕੂਪਰ ਹਸਪਤਾਲ ਦੇ ਵਿੱਚ ਲੈ ਕੇ ਗਏ ਤਾਂ ਹਸਪਤਾਲ ਦੇ ਵਿੱਚ ਪੁੱਜਣ ਤੋਂ ਬਾਅਦ ਇਹ ਪੁਸ਼ਟੀ ਹੋਈ ਕਿ ਸਿਧਾਰਥ ਸ਼ੁਕਲਾ ਦੀ ਹਾਰਟ ਅਟੈਕ ਦੇ ਦੌਰਾਨ ਮੌਤ ਹੋ ਗਈ ਹੈ ਜੀ ਹਾਂ ਵੱਡਾ ਸਦਮਾ ਹੈ ਜਿਹੜਾ ਇਸ ਵੇਲੇ ਇੰਡਸਟਰੀ ਨੂੰ ਲੱਗਿਆ ਹੈ ਵੱਡਾ ਜਿਹੜਾ ਝਟਕਾ ਲੱਗਿਆ ਕੋਈ ਵੀ ਇਸ ਗੱਲ ਤੇ ਯਕੀਨ ਨਹੀਂ ਕਰ ਪਿਆ ਬਾਲੀਵੁੱਡ ਦੇ ਜਿਹੜੇ ਸਿਤਾਰੇ ਨੇ ਟੀਵੀ ਇੰਡਸਟਰੀ ਦੇ ਸਿਤਾਰੇ ਨੇ ਇਸ ਗੱਲ ਤੇ ਯਕੀਨ ਕਰਨ ਲਈ ਬਿਲਕੁਲ ਵੀ ਤਿਆਰ ਨਹੀਂ ਕਿ ਸਿਧਾਰਥ ਸ਼ੁਕਲਾ ਉਹਨਾਂ ਦੇ ਵਿੱਚ ਨਹੀਂ ਰਹੇ ਵੱਡੀ ਖਬਰ ਹੈ ਜਿਹੜੀ ਬਾਲੀਵੁੱਡ ਤੋਂ ਸਾਹਮਣੇ ਆ ਰਹੀ ਹੈ ਦੱਸਦੀ ਕਿ ਬੀਤੇ ਦਿਨਾਂ ਦੇ ਵਿੱਚ ਸਿਧਾਰਥ ਸ਼ੁਕਲਾ ਬਿਗ ਬੌਸ ਦੇ ਓਟੀਟੀ ਮੰਚ ਤੇ ਦੇਖੇ ਗਏ ਸੀ ਜੋ ਕਿ ਸ਼੍ਰੀ ਸ਼ਹਿਨਾਜ਼ ਕੌਰ ਗਿੱਲ ਦੇ ਨਾਲ ਆਏ ਸੀ ਤੇ ਬੀਤੇ ਦਿਨਾਂ ਦੇ ਵਿੱਚ ਉਹਨਾਂ ਨੂੰ ਡਾਂਸ ਦੀਵਾਨੇ ਦੇ ਮੰਚ ਉੱਤੇ ਵੀ ਵੇਖਿਆ ਗਿਆ ਸੀ ਕਾਫੀ ਮਸਤੀਆਂ ਕਰਦੇ ਹੋਏ ਸਿਧਾਰਥ ਸ਼ੁਕਲਾ ਡਾਂਸ ਦੀਵਾਨੇ ਦੇ ਮੰਚ ਤੇ ਨਜ਼ਰ ਆਏ ਸੀ ਬਿਗ ਬੌਸ ਓਟੀਟੀ ਦੇ ਪਲੇਟਫਾਰਮ ਤੇ ਨਜ਼ਰ ਆਏ ਸੀ ਪਰ ਕੀ ਕਿਸੇ ਨੇ ਸੋਚਿਆ ਸੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹੀ ਸਿਧਾਰਥ ਸ਼ੁਕਲਾ ਸਾਨੂੰ ਸਭ ਨੂੰ ਅਲਵਿਦਾ ਕਹਿ ਜਾਣਗੇ ਬਹੁਤ ਹੀ ਵੱਡਾ ਝਟਕਾ ਹੈ ਜਿਹੜਾ ਇੰਡਸਟਰੀ ਨੂੰ ਲੱਗਿਆ ਹੈ ਉਹਨਾਂ ਦੇ ਫੈਨਸ ਨੂੰ ਲੱਗਿਆ ਹੈ ਦੱਸਦੇ ਕਿ ਸਿਧਾਰਥ ਸ਼ੁਕਲਾ ਨੇ ਸਿਧਾਰਥ ਸ਼ੁਕਲਾ ਦਾ ਜਨਮ 12 ਦਸੰਬਰ 1980 ਨੂੰ ਹੋਇਆ ਤਾਂ ਉਸ ਤੋਂ ਬਾਅਦ ਉਹਨਾਂ ਨੇ ਜਿਹੜੀ ਆਪਣੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ ਮਾਡਲਿੰਗ ਤੋਂ ਕੀਤੀ ਸੀ ਉਹਨਾਂ ਦੇ ਛੋਟੇ-ਛੋਟੇ ਕਦਮਾਂ ਤੋਂ ਅੱਜ ਸਿਧਾਰਥ ਸ਼ੁਕਲਾ ਇਹਨੇ ਜਿਹੜੇ ਦਿਲਾਂ ਦੇ ਵਿੱਚ ਹਰ ਕਿਸੇ ਦੇ ਦਿਲਾਂ ਦੇ ਵਿੱਚ ਰਾਜ ਕਰ ਰਹੇ ਸੀ ਲੱਖਾਂ ਫੈਨਸ ਸੀ ਉਹਨਾਂ ਦੇ ਲੱਖਾਂ ਫਾਲੋਅਰ ਸੀ ਦੱਸੇ ਕਿ ਬਿਗ ਬੌਸ ਦੇ ਘਰ ਵਿੱਚ ਆ ਕੇ ਉਹਨਾਂ ਨੇ ਬੇਹੱਦ ਹੀ ਸੁਰਖੀਆਂ ਬਟੋਰੀਆਂ ਸੀ ਸ਼ਹਿਨਾਜ਼ ਕੌਰ ਗਿੱਲ ਦੇ ਨਾਲ ਉਹਨਾਂ ਦੀ ਜਿਹੜੀ ਨੋਕ-ਝੋਕ ਵੇਖਣ ਨੂੰ ਮਿਲਦੀ ਸੀ ਲੋਕ ਉਸ ਨੂੰ ਖੂਬ ਪਸੰਦ ਕਰਦੇ ਸੀ ਬਿਗ ਬੌਸ ਦੇ ਘਰ ਹੀ ਵਿੱਚ ਨਹੀਂ ਬਲਕਿ ਬਾਹਰ ਆਉਣ ਤੋਂ ਬਾਅਦ ਵੀ ਲੋਕ ਅਕਸਰ ਉਹਨਾਂ ਨੂੰ ਇਕੱਠੇ ਵੇਖਣਾ ਪਸੰਦ ਕਰਦੇ ਸੀ ਅਕਸਰ ਜਿਹੜੀ ਉਹਨਾਂ ਦੀ ਕੈਮਿਸਟਰੀ ਵੇਖਣ ਨੂੰ ਮਿਲਦੀ ਸੀ ਲੋਕ ਉਸ ਤੋਂ ਬੇਹੱਦ ਹੀ ਖੁਸ਼ ਹੁੰਦੇ ਸੀ ਅਕਸਰ ਜਦੋਂ ਵੀ ਉਹ ਕਿਸੇ ਪਲੇਟਫਾਰਮ ਤੇ ਕਿਸੇ ਮੰਚ ਤੇ ਇਕੱਠੇ ਹੀ ਨਜ਼ਰ ਆਉਂਦੇ ਸੀ ਇਕੱਠੇ ਹੀ ਜਾਂਦੇ ਸੀ ਪਰ ਹੁਣ ਜਿਹੜੀ ਇਹ ਫੇਵਰਿਟ ਜੋੜੀ ਹੈ ਜਿਸ ਨੂੰ ਸਿਧਨਾਸ ਦਾ ਟੈਗ ਦਿੱਤਾ ਗਿਆ ਸੀ ਫੈਨਸ ਵੱਲੋਂ ਹੁਣ ਆਖਿਰਕਾਰ ਉਹ ਜੋੜੀ ਬਿਲਕੁਲ ਟੁੱਟ ਚੁੱਕੀ ਹੈ ਅਲੱਗ ਹੋ ਚੁੱਕੀ ਹੈ ਵੱਡਾ ਝਟਕਾ ਹੈ ਜਿਹੜਾ ਇੰਡਸਟਰੀ ਨੂੰ ਇਸ ਵੇਲੇ ਲੱਗਿਆ ਹੈ ਕਿ ਇੰਡਸਟਰੀ ਨੇ ਆਪਣਾ ਇੱਕ ਦਿੱਗਜ ਸਿਤਾਰਾ ਖੋ ਦਿੱਤਾ ਹੈ ਵੱਡਾ ਝਟਕਾ ਹੈ ਜਿਹੜਾ ਇੰਡਸਟਰੀ ਨੂੰ ਲੱਗਿਆ ਫੈਨਸ ਨੂੰ ਲੱਗੇ ਕੋਈ ਵੀ ਇਸ ਗੱਲ ਤੇ ਯਕੀਨ ਕਰਨ ਦੇ ਲਈ ਤਿਆਰ ਨਹੀਂ ਹੈ ਕਿ ਸਿਧਾਰਥ ਸ਼ੁਕਲਾ ਨੇ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਪਰ ਕਹਿੰਦੇ ਨੇ ਕਿ ਸੱਚ ਕਿੰਨਾ ਹੀ ਕੋੜਾ ਕਿਉਂ ਨਾ ਹੋਵੇ ਪਰ ਉਹ ਸੱਚ ਸੱਚ ਹੀ ਹੁੰਦਾ ਹੈ ਵੱਡੀ ਖਬਰ ਹੈ ਜਿਹੜੀ ਇਸ ਵੇਲੇ ਦੀ ਬਾਲੀਵੁੱਡ ਦੇ ਨਾਲ ਜੁੜੀ ਹੋਈ ਹੈ ਇੰਡਸਟਰੀ ਦੇ ਨਾਲ ਜੁੜੀ ਹੋਈ ਹੈ ਬਿਗ ਬੌਸ ਦਾ ਤਾਜ ਆਪਣੇ ਨਾਂ ਕਰਨ ਵਾਲੇ ਸਿਧਾਰਥ ਸ਼ੁਕਲਾ ਨੇ ਇਸ ਦੁਨੀਆ ਨੂੰ ਅਲਵਿਦਾ ਆਖ ਦਿੱਤਾ ਹੈ ਦੱਸਦੇ ਕਿ ਬੀਤੀ ਦੇਰ ਰਾਤ ਕੁਝ ਮੈਡੀਸਿਨਸ ਲਈਆਂ ਸੀ ਜਿਸ ਤੋਂ ਬਾਅਦ ਦੇ ਸਵੇਰ ਹੋਏ ਉਹਨਾਂ ਦੀ ਅੱਖ ਨਹੀਂ ਖੁੱਲ ਪਾਈ ਤੇ ਜਦੋਂ ਪਰਿਵਾਰਕ ਮੈਂਬਰ ਉਹਨਾਂ ਨੂੰ ਹਸਪਤਾਲ ਦੇ ਵਿੱਚ ਲੈ ਕੇ ਗਏ ਤਾਂ ਹਸਪਤਾਲ ਦੇ ਵਿੱਚ ਪੁੱਜਣ ਤੋਂ ਬਾਅਦ ਹੀ ਇਸ ਚੀਜ਼ ਦੀ ਪੁਸ਼ਟੀ ਹੋਈ ਇਸ ਚੀਜ਼ ਦਾ ਪਤਾ ਲੱਗਿਆ ਕਿ ਹਾਰਟ ਅਟੈਕ ਦੇ ਦੌਰਾਨ ਉਹਨਾਂ ਦੀ ਮੌਤ ਹੋਈ ਹੈ ਦੱਸਦੇ ਕਿ ਬਹੁਤ ਵੱਡਾ ਝਟਕਾ ਹੈ ਜਿਹੜਾ ਇੰਡਸਟਰੀ ਨੂੰ ਇਸ ਵੇਲੇ ਲੱਗਿਆ ਹੈ ਕਿ ਸਿਧਾਰਥ ਸ਼ੁਕਲਾ ਹੁਣ ਸਾਡੇ ਸਭ ਦੇ ਵਿੱਚ ਨਹੀਂ ਰਹੇ